इस ठिकरी बार्डर के उत्ते तुहानू तस्वीरां दिखा रहे हैं मैडिकल दीयां जो कि मुरली सहायता जिहड़ी किसानां लई तैयार की गई है नौजवानों वल्लों। आपां गल करदे हां वीर जी नाल भी किहड़ी जगह तों ने ते की इह दवाइयां दे सकदे ने। ਕੀ ਹਾਲ ਹੈ ਵੀਰ ਜੀ? ਸਤਿ ਸ਼੍ਰੀ ਅਕਾਲ ਵੀਰ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਵੀਰ ਜੀ ਕੁਲਵਿੰਦਰ ਸਿੰਘ ਹੈ। ਇਹ ਜਿਹੜਾ ਲੰਗਰ ਸੇਵਾ ਹੈ ਪਿੰਡ ਭੂਨਾ ਡਿਸਟ੍ਰਿਕਟ ਫਤਿਹਾਬਾਦ ਹਰਿਆਣਾ ਵੱਲੋਂ ਲਾਈ ਗਈ ਹੈ। ਅਸੀਂ ਆਲਮੋਸਟ 27 ਤਰੀਕ ਤੋਂ ਨਾਲ ਹਾਂ ਅਤੇ ਉਦਣ ਦਾ ਹੀ ਵਾਹਿਗੁਰੂ ਦੀ ਕਿਰਪਾ ਨਾਲ ਲੰਗਰ ਚੱਲ ਰਿਹਾ, ਖੁੱਲ੍ਹਾ ਲੰਗਰ ਚੱਲ ਰਿਹਾ, ਕੋਈ ਦਿੱਕਤ ਨਹੀਂ ਹੈ। ਅਨਾਨਾਸ ਦਾ ਲੰਗਰ ਚੱਲ ਰਿਹਾ, ਆਪਣੇ ਚਾਹ ਦਾ ਲੰਗਰ, ਪਿੰਨੀਆਂ ਦਾ, ਮਤਲਬ ਹਰ ਤਰ੍ਹਾਂ ਲੰਗਰ ਚੱਲ ਰਿਹਾ। ਦਵਾਈਆਂ ਦੀ ਸੇਵਾ ਚੱਲ ਰਹੀ ਹੈ, ਜਿਵੇਂ ਥੋੜ੍ਹਾ ਕੋਵਿਡ ਸਿਚੁਏਸ਼ਨ ਸੀ ਉਹਦੇ ਕਰਕੇ ਵੀ ਲੋਕ ਡਰੇ ਸੀ ਮਾੜੇ ਜਿਹੇ, ਉਸ ਕਰਕੇ ਵੀ ਲਾ ਲਓ ਜਾਂ ਹੋਰ ਚੀਜ਼ਾਂ ਕਰਕੇ ਲਾ ਲਓ, ਆਪਾਂ ਦਵਾਈਆਂ ਦਾ ਪ੍ਰੋਪਰ ਸਾਰੀ ਸਾਰੀ ਅੰਡਰ ਕੰਟਰੋਲ ਰੱਖ ਕੇ ਚੱਲੇ ਹਾਂ। ਜਿਹੜੀ ਮੇਨ ਲੱਗ ਰਹੀ ਹੈ ਇੱਥੇ ਦਵਾਈ ਖਾਂਸੀ ਜ਼ੁਕਾਮ ਦੀ, ਜਿੱਦਾਂ ਅੱਜ ਕੱਲ੍ਹ ਚੇਂਜ ਹੋ ਰਿਹਾ ਟੈਂਪਰੇਚਰ ਉਸ ਕਰਕੇ, ਜਾਂ ਫਿਰ ਥੋੜ੍ਹਾ ਬਹੁਤ ਕਿਸੇ ਨੂੰ ਫੀਵਰ ਹੋ ਰਿਹਾ ਜਾਂ ਐਲਰਜੀ ਵਗੈਰਾ ਦੀ ਗੋਲੀਆਂ ਇੱਦਾਂ ਚੱਲ ਰਿਹਾ, ਕਫ ਦਾ ਜਾਂ ਫਸਟ ਐਡ ਕਿੱਟ ਪ੍ਰੋਪਰ ਚੱਲ ਰਹੀ ਹੈ ਆਪਣੇ, ਕਿਸੇ ਨੂੰ ਕੋਈ ਸੱਟ ਜਾਂ ਕੋਈ ਜ਼ਖਮ ਉਹਦੇ ਕਰਕੇ ਚੱਲ ਰਿਹਾ, ਐਲਰਜੀ ਦਵਾਈਆਂ ਚੱਲ ਰਹੀਆਂ ਬਸ। ਜਿੱਦਾਂ ਵੀਰ ਜੀ ਨੇ ਜਾਣਕਾਰੀ ਦਿੱਤੀ ਹੈ ਸਾਨੂੰ ਵੀ ਜਿਹੜੀ ਮੁਰਲੀ ਸਹਾਇਤਾ ਹੁੰਦੀ ਆ ਮੈਡੀਕਲ ਦੇ ਵਿੱਚ ਉਹ ਸਾਰੀ ਇਹਨਾਂ ਕੋਲ ਪੂਰੀ ਆ, ਅਤੇ ਇਹ ਕਿਸਾਨਾਂ ਦੇ ਵਿੱਚ ਕਿਸੇ ਨੂੰ ਜ਼ੁਕਾਮ ਜਾਂ ਖਾਂਸੀ ਜਾਂ ਬੁਖਾਰ ਕੁਛ ਵੀ ਹੋ ਸਕਦਾ ਤਾਂ ਉਹ ਇੱਥੇ ਬਿਲਕੁਲ ਫ੍ਰੀ ਆ ਕੇ ਦਵਾਈ ਲੈ ਸਕਦੇ ਆ। ਅਤੇ ਬੜਾ ਇਹਨਾਂ ਦਾ ਸੰਯੋਗ ਹੈ ਇਸ ਅੰਦੋਲਨ ਦੇ ਵਿੱਚ, ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ, ਅਤੇ ਹੋਰ ਤੁਹਾਨੂੰ ਇਸ ਅੰਦੋਲਨ ਦੀ ਅਸੀਂ ਵੱਖ ਵੱਖ ਤਸਵੀਰਾਂ ਦਿਖਾਉਣ ਦਾ ਯਤਨ ਕਰ ਰਹੇ ਹਾਂ।